ਪ੍ਰੋਬਲਮ ਇੱਥੇ ਆਂਦੀ ਹੈਗੀ ਆ ਕਿ ਜਦੋਂ ਕੋਈ ਸੈਲੀਬ੍ਰਿਟੀ 500 ਕਰੋੜ 5000 ਕਰੋੜ ਦਾ ਮਾਲਕ ਬੰਦਾ ਇੱਕ ਬਣਾਣ ਦੀ ਮਸ਼ਹੂਰੀ ਕਰਦਾ ਇੱਕ ਚੱਪਲ ਦੀ ਮਸ਼ਹੂਰੀ ਕਰਦਾ ਹੈਗਾ ਉਦੋਂ ਤਾਂ ਤੁਹਾਨੂੰ ਉਹ ਭੈੜਾ ਨਹੀਂ ਲੱਗਦਾ ਹੈਗਾ ਤੇ ਜਦੋਂ ਕੋਈ ਇੱਕ ਫਾਰਮਰ ਲੈਵਲ ਤੇ ਉੱਠ ਕੇ ਜਾਂ ਤੁਸੀਂ ਮੈਨੂੰ ਪਰਸਨਲੀ ਮਿਲਦੇ ਹੋ ਬਾਈ ਜੀ ਕਿਹੜੀ ਵੈਰੈਟੀ ਲਾਈਏ ਬਾਈ ਜੀ ਕਿਵੇਂ ਟ੍ਰੀਟਮੈਂਟ ਕਰੀਏ ਸੁਪਰ ਪਾਈਏ ਕਿ ਡੀਏਪੀ ਪਾਈਏ ਕਿ ਪੋਟਾਸ਼ ਪਾਈਏ ਸੋਇਲ ਟੈਸਟਿੰਗ ਕਿੱਥੋਂ ਕਰਵਾਈਏ ਕਿਹੜੀ ਕੰਪਨੀ ਦਾ ਬੀਜ ਵਧੀਆ ਕਿਹੜੀ ਸਪਰੇਅ ਕਰਗੇ ਇਹਦਾ ਰਿਜ਼ਲਟ ਨਹੀਂ ਆਇਆ ਉਹਦਾ ਰਿਜ਼ਲਟ ਆਇਆ ਤਾਂ ਇਹ ਸਵਾਲਾਂ ਦੇ ਜਵਾਬ ਆਲਰੇਡੀ ਪ੍ਰਮੋਸ਼ਨਾਂ ਦੇ ਨਾਲ ਜੁੜ ਗਏ ਚੰਗੇ ਬੰਦਿਆਂ ਕੋਲੇ ਸ਼ੇਅਰ ਕਰਨ ਦਾ ਵੀ ਸਮਾਂ ਨਹੀਂ ਹੈਗਾ ਮਾੜੇ ਬੰਦਿਆਂ ਕੋਲੇ ਐਡੇ ਐਡੇ ਗਿੱਟ ਗਿੱਟ ਜਿਹੇ ਕਮੈਂਟ ਲਿਖਣ ਦਾ ਵੀ ਸਮਾਂ ਜਦੋਂ ਵੀਡੀਓ ਅਪਲੋਡ ਹੁੰਦੀ ਹੈ 2 ਘੰਟਿਆਂ ਦੇ ਵਿੱਚ ਜਿੰਨੇ ਵੀ ਇੱਕ ਸਹੀ ਸਵਾਲ ਜਿਹੜੇ ਆਉ ਪੁੱਛੇ ਜਾਣੇ ਚਾਹੀਦੇ ਜਿਹੜੇ ਉਹ ਵੀਡੀਓ ਦੇ ਵਿੱਚ ਗੱਲ ਨਹੀਂ ਹੋਈ ਹੈਗੀ ਤਾਂ ਉਹਨਾਂ ਦੇ ਜਵਾਬ ਮੈਂ ਦੇਣ ਦੀ ਕੋਸ਼ਿਸ਼ ਮਾਰਕੀਟ ਦੇ ਵਿੱਚ ਬਹੁਤ ਨੈਗੇਟਿਵਿਟੀ ਹੈ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਮਸਾਂ ਹੀ ਪੂਰੇ ਇੰਡੀਆ ਦੇ ਵਿੱਚ 35 ਬੰਦੇ ਕੰਮ ਕਰ ਰਹੇ ਹ ਕਿਰਸਾਨ ਭਰਾਵੋ ਅੱਜ ਵਾਲੀ ਵੀਡੀਓ ਮੈਨੂੰ ਥੋੜੀ ਜੀ ਨਰਾਸ਼ ਮਨ ਦੇ ਨਾਲ ਬਣਾਉਣੀ ਪੈ ਰਹੀ ਹੈ ਕਿਉਂਕਿ ਕੁਝ ਫਾਰਮਰ ਦੀ ਕਮਿਊਨਿਟੀ ਇਸ ਤਰੀਕੇ ਦੀ ਹੈਗੀ ਆ ਕਿ ਉਹਨਾਂ ਦੀ ਪਖਹਾਰੀ ਵਿਰਤੀ ਜ਼ਿਆਦਾ ਐਕਟਿਵ ਰਹਿੰਦੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਸਬਸਿਡੀ ਖਾਦਾਂ ਦੇ ਮਿਲ ਰਹੀ ਹੈ ਜਿਸ ਤਰ੍ਹਾਂ ਸਬਸਿਡੀ ਸੰਦਾਂ ਤੋਂ ਮਿਲ ਰਹੀ ਹੈ ਤੇ ਉਸੇ ਤਰੀਕੇ ਦੇ ਨਾਲ ਹਰ ਇੱਕ ਚੀਜ਼ ਉਹਨਾਂ ਨੂੰ ਫ੍ਰੀ ਮਿਲੇ ਮੈਨੂੰ ਲੱਗਦਾ ਵੀ ਬਹੁਤਿਆਂ ਦੀ ਤਾਂ ਇਸ ਤਰੀਕੇ ਦੀ ਡਿਮਾਂਡ ਹੁੰਦੀ ਆ ਕਿ ਫ੍ਰੀ ਦੇ ਨਾਲ ਥੋੜੇ ਬਹੁਤ ਪੈਸੇ ਵੀ ਮਿਲ ਜਾਣ ਮੈਂ ਇਸ ਵਿਰਤੀ ਤੁਹਾਨੂੰ ਬਾਹਰ ਕੱਢਣਾ ਚਾਹਣਾ ਹਾਂ ਕਿ ਤੁਸੀਂ ਰਾਜੇ ਹੋ ਤੁਸੀਂ ਫੂਡ ਪੈਦਾ ਕਰਨ ਵਾਲੇ ਹੋ ਤੁਹਾਡੀ ਜਿਹੜੀ ਬਿਰਤੀ ਆ ਉਹ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਜੇਕਰ ਤੋਂ ਅਸੀਂ ਆਪਣੇ ਖੇਤ ਦੇ ਵਿੱਚ 5000 8000 ਦਾ ਕੋਈ ਮਟੀਰੀਅਲ ਵਰਤ ਰਹੇ ਹੈਗੇ ਹਾਂ ਤਾਂ ਉਹ ਤੁਹਾਡੇ ਖੇਤ ਦੀ ਪ੍ਰੋਡਕਸ਼ਨ 1 ਲੱਖ ਰੁਪਏ ਦੀ ਪੈਦਾ ਕਰਕੇ ਦੇਵੇ ਤੇ ਉਸੇ ਲਈ ਆਪਾਂ ਲਿਟਰੇਚਰ ਤੇ ਵੀ ਕੰਮ ਕਰ ਰਹੇ ਹਾਂ ਲਗਾਤਾਰ ਵੀਡੀਓਜ਼ ਤੇ ਵੀ ਕੰਮ ਕਰ ਰਹੇ ਹਾਂ ਨਾ ਨਵੇਂ ਨਵੇਂ ਫਾਰਮਰ ਨੂੰ ਵੀ ਤੁਹਾਨੂੰ ਮਿਲਾਂਦੇ ਰਹਿਣੇ ਹੈਗੇ ਆ ਤੇ ਤੁਹਾਡਾ ਖੇਤੀ ਦਾ ਖਰਚਾ ਘੱਟ ਹੋਵੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਆ ਇੱਕ ਵਾਰ ਦੇਖੋ 100 ਵਾਰ ਦੇਖੋ ਤੁਹਾਡੀ ਪੰਜੀ ਵੀ ਨਹੀਂ ਲੱਗਦੀ ਹੈਗੀ ਪਰ ਪਿਛਲੀਆਂ ਕੁਝ ਵੀਡੀਓ ਦੇ ਵਿੱਚ ਕਮੈਂਟਸ ਦੇਖਣ ਨੂੰ ਮਿਲੇ ਨੇ ਅਗਰ ਕੋਈ ਵੀਡੀਓ 10000 ਤੱਕ ਜਾਂਦੀ ਹੈਗੀ ਆ ਤਾਂ ਉਹਦੇ ਵਿੱਚ ਲਗਭਗ 100 ਕਮੈਂਟ ਆਂਦਾ ਹੈਗਾ 100 ਦੇ ਵਿੱਚੋਂ ਦੋ ਕਮੈਂਟ ਆਪਾਂ ਕਹਿ ਸਕਦੇ ਆ ਵੀ ਇਸ ਤਰੀਕੇ ਦੇ ਗੰਦੇ ਹੁੰਦੇ ਨੇ ਕਿ ਬਾਈ ਜੀ ਤੁਸੀਂ ਤਾਂ ਪ੍ਰਮੋਸ਼ਨਾਂ ਕਰਦੇ ਹੋ ਤੁਸੀਂ ਪੈਸੇ ਲੈਂਦੇ ਹੈਗੇ ਹੋ ਤੁਸੀਂ ਤੇ ਸਹੀ ਗਾਈਡ ਨਹੀਂ ਕਰਦੇ ਹੈਗੇ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅਗਰ ਮੇਰੇ ਫੇਸਬੁਕ ਇੰਸਟਾਗ੍ਰam YouTube ਤੇ ਦੇਖੀਏ ਤਾਂ ਆਪਣੇ ਭੈਣ ਭਾਈ ਲਾ ਲੋ ਫੋਲੋਅਰ ਨਹੀਂ ਮੈਂ ਕਹਿੰਦਾ ਹੁੰਦਾ ਕਦੇ ਵੀ ਕੋਈ ਮਿਲਦਾ ਫਾਰਮਰ ਫੋਲੋਅਰ ਤਾਂ ਉਹਨਾਂ ਦੇ ਹੁੰਦੇ ਆ ਜਿਹੜੇ ਮਿਲਦੇ ਨਹੀਂ ਹੈਗੇ ਜਿਹੜੇ ਕੋਈ ਕ੍ਰੀਏਟੀਵਿਟੀ ਕਰਦੇ ਆ ਆਪਾਂ ਤਾਂ ਖੇਤੀ ਕਰਦੇ ਆ ਖੇਤੀ ਦੇ ਵਿੱਚ ਆਪਣਾ ਸ਼ੋਅਕੇਸ ਕਰਦੇ ਹੈਗੇ ਆ ਪੰਜ ਚਾਰ ਫਸਲਾਂ ਆਪਾਂ ਆਪ ਲਾਉਣੇ ਹੈਗੇ ਆ ਜਾਂ ਕੋਈ ਫਾਰਮਰ ਵੱਖਰੀਆਂ ਲਾਉਂਦਾ ਆਪਾਂ ਉਹਨਾਂ ਨੂੰ ਦਿਖਾਉਂਦੇ ਹੈਗੇ ਆ ਤਾਂ ਉਹ 네ਗੇਟਿਵ ਕਮੈਂਟਾਂ ਨੂੰ ਇੱਕ ਰਿਪਲਾਈ ਹੈਗਾ ਕਿ ਮੇਰੀ ਟੋਟਲ ਆਡੀਅੰਸ ਆ ਜਿਹੜੀ ਤਿੰਨੇ ਪਲੇਟਫਾਰਮਾਂ ਦੇ ਉੱਤੇ ਉਹ ਲਗਭਗ 6 ਲੱਖ ਆ ਤਾਂ ਅਗਰ ਇੱਕ ਸਾਲ ਦਾ ਮੈਨੂੰ ਉਹ ਆਪਣੀ ਜੇਬ ਦੇ ਵਿੱਚੋਂ 1 ਰੁਪਿਆ ਵੀ ਦਿੰਦੇ ਹੋਣ ਤਾਂ ਦੱਸ ਦੇਣ 1 ਰੁਪਿਆ ਵੀ ਅਗਰ ਉਹ ਦੇ ਦੇਣ ਤਾਂ ਮੈਨੂੰ 6 ਲੱਖ ਰੁਪਿਆ ਇਕੱਠਾ ਹੋ ਜਾਵੇਗਾ ਤਾਂ ਉਹ 6 ਲੱਖ ਰੁਪਏ ਦੇ ਨਾਲ ਮੇਰਾ ਪੂਰਾ ਸਾਲ ਮੇਰੇ ਜਿੰਨੇ ਵੀ ਟ੍ਰਾਇਲ ਕਰਨੇ ਨੇ ਜਾਂ ਕੋਈ ਪਬਲਿਕੇਸ਼ਨ ਕਰਨੀ ਨੇ ਕਰਨੀਆਂ ਨੇ ਜਾਂ ਮੈਂ ਵਿਜ਼ਿਟ ਕਰਨਾ ਫਾਰਮਰ ਦੇ ਕੋਲ ਮੇਰਾ ਸਰਵਾਈਵ ਹੋ ਜਾਊਗਾ ਮੇਰਾ ਆਪ ਦੇ ਆਪਦਾ ਵੀ ਮੇਰਾ ਸਿਸਟਮ ਚੱਲ ਜੂਗਾ ਜਿਹੜਾ ਮੇਰਾ ਖਰਚਾ ਹੋਰ ਇੱਕ A to Z ਹੈਗਾ ਮੇਰਾ ਸਾਰਾ ਕੰਪਲੀਟ ਹੋ ਜਾਣਾ ਹੈਗਾ ਇੱਕ ਵੀ ਸਿੰਗਲ ਪੇਡ ਪ੍ਰਮੋਸ਼ਨ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਅਗਰ ਇੱਕ ਮਹੀਨੇ ਦੇ ਵਿੱਚ 30 ਵੀਡੀਓ ਜਾ ਰਹੀਆਂ ਨੇ ਉਸ ਦੇ ਵਿੱਚ ਦੋ ਵੀਡੀਓ ਪ੍ਰਮੋਸ਼ਨ ਵਾਲੀਆਂ ਚਲੀਆਂ ਗਈਆਂ ਜਿਨ੍ਹਾਂ ਦੇ ਵਿੱਚ ਕੋਈ ਖਾਸ ਗੱਲ ਹੈ ਸੋਲਿਡਿਟੀ ਹੈ ਤਾਂ ਉਹਨਾਂ ਨੂੰ ਆਪਾਂ ਪ੍ਰਮੋਟ ਕਰਦੇ ਹਾਂ ਫਾਰਮਰ ਨੂੰ ਵੀ ਤਾਂ ਪ੍ਰਮੋਟ ਕਰਦੇ ਹੈਗੇ ਆ ਨਾ ਤਾ ਆਪਾਂ ਬ੍ਰਾਂਡ ਨੂੰ ਵੀ ਪ੍ਰਮੋਟ ਕਰਦੇ ਆ ਪ੍ਰੋਡਕਟ ਨੂੰ ਵੀ ਪ੍ਰਮੋਟ ਕਰਦੇ ਆ ਲਗਭਗ ਮੇਰੇ ਮੋਬਾਈਲ ਦੇ ਵਿੱਚ 9700 ਮੋਬਾਈਲ ਨੰਬਰ ਹੋ ਚੁੱਕੇ ਆ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਆ ਜਾਂ ਜਿਹੜੇ ਪਰਸਨਲੀ ਮਿਲੇ ਆ ਵੈਸੇ ਮੈਂ ਫੋਨ ਨੰਬਰ ਦਿੰਦਾ ਨਹੀਂ ਹੁੰਦਾ ਕਿਉਂਕਿ ਫੋਨ ਨੰਬਰ ਤੇ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ ਭਾਵੇਂ ਤੁਹਾਡਾ ਕੋਈ ਰਿਸ਼ਤੇਦਾਰ ਵੀ ਹੋਵੇ ਫੋਨ ਨੰਬਰ ਤੇ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ ਅਗਰ ਉਹ ਬੰਦਾ ਪਹਿਲਾਂ ਤੋਂ ਕੰਮ ਕਰ ਰਿਹਾ ਹੈਗਾ ਕੋਈ ਇਹਦਾ ਵਾਜਬ ਸਵਾਲ ਹੈਗਾ ਉਹ ਦੱਸਿਆ ਜਾ ਸਕਦਾ ਹੈ ਜਿਹੜੇ ਬੰਦੇ ਨੇ ਇਹ ਵੀ ਪੁੱਛਣਾ ਕਿ ਬਾਈ ਜੀ ਪਹਿਲਾ ਪਾਣੀ ਕਦੋਂ ਲੱਗੂਆ ਫਲਾਨੀ ਫਸਲ ਨੂੰ ਤਾਂ ਫਿਰ ਉਦੋਂ ਦੇਖ ਕੇ ਸੁਣ ਕੇ ਇਦਾਂ ਲੱਗਦਾ ਹੈਗਾ ਵੀ ਇਹ ਆਪਣਾ ਵੀ ਟਾਈਮ ਖਰਾਬ ਕਰ ਰਿਹਾ ਆਪਣਾ ਵੀ ਮੇਰਾ ਵੀ ਕਰ ਰਿਹਾ ਹੈਗਾ ਤੇ ਆਪਾਂ ਜਿਹੜੇ ਪ੍ਰੋਡਕਟ ਤੇ ਕੰਮ ਕਰ ਰਹੇ ਹੈਗਾ ਅਸੀਂ 30 ਵੀਡੀਓ ਇੱਕ ਮਹੀਨੇ ਵਿੱਚ ਦਿੰਨੇ ਹੈਗੇ ਆ ਤਾਂ 30 ਦੇ ਵਿੱਚ 27 ਵੀਡੀਓ ਮੇਰੀਆਂ ਪਰਸਨਲੀ ਆਫਿਸ ਦੇ ਵਿੱਚ ਬੈਠ ਕੇ ਬਣਾਈਆਂ ਹੁੰਦੀਆਂ ਜਿਹੜੀਆਂ ਕਿ ਫਾਰਮਰ ਕ੍ਰੌਪ ਪ੍ਰੈਕਟਿਸ ਦੇ ਉੱਪਰ ਆਧਾਰਿਤ ਹੁੰਦੀਆਂ ਜਿਹੜੀਆਂ ਕਿ ਆਪ ਹੱਥੀਂ ਕੰਮ ਕਰਨ ਤੋਂ ਬਾਅਦ ਹੰਡਾਉਣ ਤੋਂ ਬਾਅਦ ਤਜਰਬਾ ਸਾਂਝਾ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਦੇਖ ਲਿਆ ਕਰੋ ਤੇਰੀ ਠੀਕ ਹੈ ਜਾਂ ਦੂਸਰਾ ਸਵਾਲ ਮੇਰਾ ਤੁਹਾਨੂੰ ਸਾਰਿਆਂ ਨੂੰ ਆ ਕਿ ਅਗਰ ਤੁਸੀਂ 6 ਲੱਖ ਆਡੀਅנס ਆਪਣੇ ਚੈਨਲ ਦੇ ਨਾਲ ਜੁੜੀ ਆ ਫੇਸਬੁਕ YouTube ਇੰਸਟਾਗ੍ਰam ਅਗਰ ਤੁਸੀਂ ਆਪਣੇ ਵੱਟੂ ਦੇ ਵਿੱਚੋਂ ਮੈਨੂੰ 1 ਰੁਪਿਆ ਵੀ ਭੇਜ ਦਿਓ Google Pay ਤੇ ਮੈਂ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਫ੍ਰੀ ਕੋਸਟ ਦੇ ਦੇ ਰਿਹਾ ਪਹਿਲਾਂ ਵੀ ਤੇ ਹੁਣ ਵੀ ਅੱਗੇ ਵੀ ਦਿੰਦਾ ਰਾਵਾਂਗਾ ਕੋਈ ਪ੍ਰੋਮੋਸ਼ਨ ਵੀ ਨਹੀਂ ਕਰਾਂਗਾ ਸਿੰਗਲ ਪ੍ਰੋਮੋਸ਼ਨ ਤੁਹਾਨੂੰ ਮੇਰੇ ਚੈਨਲ ਤੇ ਨਹੀਂ ਮਿਲੇਗੀ ਮੇਰੀ ਵੀਡੀਓ ਦੇ ਵਿੱਚ ਤੁਹਾਨੂੰ ਲੋਗੋ ਵੀ ਨਹੀਂ ਦਿਖਾਇ ਦਿਖਾਈ ਦੇਊਗਾ ਕੋਈ ਮਰਜ਼ੀ ਚੱਕ ਕੇ ਕਿਤੇ ਵੀ ਜਾ ਕੇ ਸ਼ੇਅਰ ਕਰ ਸਕਦਾ ਹੈ ਪ੍ਰੋਬਲਮ ਇੱਥੇ ਆਂਦੀ ਹੈਗੀ ਆ ਕਿ ਜਦੋਂ ਕੋਈ ਸੈਲੀਬ੍ਰਿਟੀ 500 ਕਰੋੜ 5000 ਕਰੋੜ ਦਾ ਮਾਲਕ ਬੰਦਾ ਇੱਕ ਬਣਾਉਣ ਦੀ ਮਸ਼ਹੂਰੀ ਕਰਦਾ ਇੱਕ ਚੱਪਲ ਦੀ ਮਸ਼ਹੂਰੀ ਕਰਦਾ ਹੈਗਾ ਉਦੋਂ ਤਾਂ ਤੁਹਾਨੂੰ ਉਹ ਪੜਾ ਨਹੀਂ ਲੱਗਦਾ ਹੈਗਾ ਤੇ ਜਦੋਂ ਕੋਈ ਇੱਕ ਫਾਰਮਰ ਲੈਵਲ ਤੇ ਉੱਠ ਕੇ ਜਾਂ ਤੁਸੀਂ ਮੈਨੂੰ ਪਰਸਨਲੀ ਮਿਲਦੇ ਹੋ ਬਾਈ ਜੀ ਕਿਹੜੀ ਵੈਰਾਈਟੀ ਲਾਈਏ ਬਾਈ ਜੀ ਕਿਵੇਂ ਟ੍ਰੀਟਮੈਂਟ ਕਰੀਏ ਸੁਪਰ ਪਾਈਏ ਕਿ ਡੀਏਪੀ ਪਾਈਏ ਕਿ ਪੋਟਾਸ਼ ਪਾਈਏ ਸੋਇਲ ਟੈਸਟਿੰਗ ਕਿੱਥੋਂ ਕਰਵਾਈਏ ਕਿਹੜੀ ਕੰਪਨੀ ਦਾ ਬੀਜ ਵਧੀਆ ਕਿਹੜੀ ਸਪਰੇਅ ਕਰਗੇ ਇਹਦਾ ਰਿਜ਼ਲਟ ਨਹੀਂ ਆਇਆ ਉਹਦਾ ਰਿਜ਼ਲਟ ਆਇਆ ਤਾਂ ਇਹ ਸਵਾਲਾਂ ਦੇ ਜਵਾਬ ਅਗਰ ਕੋਈ ਚੀਜ਼ ਵਧੀਆ ਕੰਮ ਕਰ ਰਹੀ ਆ ਆਪਾਂ ਨੂੰ ਫ੍ਰੀਚ ਵੀ ਪ੍ਰਮੋਟ ਕਰ ਦਿੰਨੇ ਆ ਅਗਰ ਕੋਈ ਚੀਜ਼ ਨਵੀਂ ਆਈ ਹੈਗੀ ਫਾਰਮਰ ਜਿਵੇਂ ਹੁਣ ਰੂੜੀ ਤੇ ਪ੍ਰੋਡਕਟ ਆਏ ਹੈਗੇ ਆ ਰੂੜੀ ਨੂੰ ਆਪਾਂ ਜੇ ਖੇਤ ਚ ਪਾਈਏ ਤਾਂ ਚਾਰ ਟਰਾਲੀਆਂ ਪੈਂਦੀਆਂ ਹੈਗੀਆਂ ਅਗਰ ਉਹਨੂੰ ਡੀਕੰਪੋਜ਼ ਆਪਾਂ ਕਰ ਲਗੇ ਤਾਂ ਉਹ ਇੱਕ ਟਰਾਲੀ ਪਵੇਗੀ ਉਹਦਾ ਰਿਜ਼ਲਟ ਜ਼ਿਆਦਾ ਆਵੇਗਾ ਤੇ ਤੁਹਾਡਾ ਖਰਚਾ ਵੀ ਘੱਟਦਾ ਤੁਹਾਡੀ ਮਿਹਨਤ ਥੋੜੀ ਜੀ ਵਾਧੀ ਹੈਗੀ ਆ ਇਸ ਤਰੀਕੇ ਦੇ ਜਿਹੜੇ ਨੈਗੇਟਿਵ ਕਮੈਂਟ ਹੈਗੇ ਵੈਸੇ ਮੈਂ ਇਹ ਵੀਡੀਓ ਬਣਾਉਣੀ ਨਹੀਂ ਸੀਗੀ ਪਰ ਮੈਂ ਬਣਾਉਣ ਲਈ ਇਸ ਕਰਕੇ ਮਜਬੂਰ ਹੋ ਗਿਆ ਕਿ ਦੇਖੋ ਚੰਗੇ ਬੰਦਿਆਂ ਕੋਲੇ ਸ਼ੇਅਰ ਕਰਨ ਦਾ ਵੀ ਸਮਾਂ ਨਹੀਂ ਹੈਗਾ ਮਾੜੇ ਬੰਦਿਆਂ ਕੋਲੇ ਐਡੇ ਐਡੇ ਗਿੱਠ ਵਟ ਗਿੱਠ ਗਿੱਠ ਜਿਹੜੇ ਕਮੈਂਟ ਲਿਖਨ ਦਾ ਵੀ ਸਮਾਂ ਆਏਗਾ ਸੋ ਮੈਂ ਕਿਸੇ ਦੇ ਨਾਲ ਬੈਸਵਾਜੀ ਨਹੀਂ ਕਮੈਂਟ ਬਾਕਸ ਤੁਹਾਡਾ ਓਪਨ ਰੱਖਿਆ ਹੁੰਦਾ ਕਦੇ ਵੀ ਕਮੈਂਟ ਬਾਕਸ ਮੈਂ ਬੰਦ ਨਹੀਂ ਕਰਦਾ ਹੈਗਾ ਤੁਸੀਂ ਜਿਸ ਤਰ੍ਹਾਂ ਦਾ ਵੀ ਤੁਹਾਡਾ ਮਾਈਂਡ ਸੈਟ ਹੈਗਾ ਤੁਸੀਂ ਆਪਣੇ ਸਵਾਲ ਜਵਾਬ ਪੁੱਛ ਸਕਦੇ ਹੋ हां इनबॉक्स ਨਹੀਂ ਕਲੀਅਰ ਹੁੰਦਾ ਹੈਗਾ ਤਾਂ ਉਥੇ ਸਾਰਿਆਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਹੈਗੇ हां ਜਦੋਂ ਵੀਡੀਓ ਅਪਲੋਡ ਹੁੰਦੀ ਹੈ 2 ਘੰਟਿਆਂ ਦੇ ਵਿੱਚ ਜਿੰਨੇ ਵੀ ਇੱਕ ਸਹੀ ਸਵਾਲ ਜਿਹੜੇ ਆਉਂ ਪੁੱਛੇ ਜਾਣੇ ਚਾਹੀਦੇ ਜਿਹੜੇ ਉਹ ਵੀਡੀਓ ਦੇ ਵਿੱਚ ਗੱਲ ਨਹੀਂ ਹੋਈ ਹੈਗੀ ਤਾਂ ਉਹਨਾਂ ਦੇ ਜਵਾਬ ਮੈਂ ਦੇਣ ਦੀ ਕੋਸ਼ਿਸ਼ ਕਰਦਾ ਹੈਗਾ ਜਿੰਨੇ ਵੀ ਕਿਸਾਨਾਂ ਦਾ ਵਿਸ਼ਵਾਸ ਹੈਗਾ ਉਹ ਬਣੇ ਰਹਿਣ ਪੋਜ਼ਿਟਿਵ ਕਮੈਂਟ ਕਰਿਆ ਕਰੋ ਪੋਜ਼ਿਟਿਵਿਟੀ ਦੇ ਕੰਮ ਕਰਿਆ ਕਰੋ ਤੁਸੀਂ ਹਜ਼ਾਰਾਂ ਬੰਦਿਆਂ ਦੀਆਂ ਵੀਡੀਓ ਦੇਖਦੇ ਹੋ ਤੁਹਾਨੂੰ ਜਿਹੜੇ ਵੀ ਸਹੀ ਲੱਗਦੇ ਆ ਘਟੋ ਘਟ ਉਹਨਾਂ ਦੀਆਂ ਵੀਡੀਓ ਜ਼ਰੂਰ ਸ਼ੇਅਰ ਕਰ ਲਿਆ ਕਰੋ ਮਾਰਕੀਟ ਦੇ ਵਿੱਚ ਬਹੁਤ ਨੈਗੇਟਿਵਿਟੀ ਹੈ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਮਸਾਂ ਹੀ ਪੂਰੇ ਇੰਡੀਆ ਦੇ ਵਿੱਚ 35 ਬੰਦੇ ਕੰਮ ਕਰ ਰਹੇ ਹੈ 35 ਨੇ ਵੀ ਜੇ ਕਿਰਪਾ ਸਾ ਵਟਦਾ ਹੈਗਾ ਤਾਂ ਮੈਨੂੰ ਤਾਂ ਲੱਗਦਾ ਵੀ ਹਰੇਕ ਫਾਰਮਰ ਦਾ ਇੱਕ ਪੇਜ ਹੋਣਾ ਚਾਹੀਦਾ ਹਰੇਕ ਸਾਇੰਟਿਸਟ ਦਾ ਇੱਕ ਪੇਜ ਹੋਣਾ ਚਾਹੀਦਾ ਹਰੇਕ ਸਰਕਾਰੀ ਡਾਕਟਰ ਦਾ ਇੱਕ ਪੇਜ ਹੋਣਾ ਚਾਹੀਦਾ ਖੇਤੀਬਾੜੀ ਦਾ ਤਾਂ ਕਿ ਸਾਰਿਆਂ ਦੀ ਇਨਫੋਰਮੇਸ਼ਨ ਖੁੱਲ ਕੇ ਸਾਹਮਣੇ ਆਵੇ ਤੇ ਗਲਤ ਨੂੰ ਪਛਾਣਿਆ ਜਾ ਸਕੇ ਸਹੀ ਨੂੰ ਪਛਾਣਿਆ ਜਾ ਸਕੇ ਸੋ 5 ਸਾਲ ਤੋਂ ਆਪਾਂ ਇਸ ਲਾਈਨ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਅੱਗੇ ਵੀ ਆਪਾਂ ਕੰਮ ਕਰਨਾ ਹੈਗਾ ਫਾਰਮਰ ਦੇ ਨਾਲ ਜੁੜੇ ਹੋਏ ਆ ਜੁੜੇ ਰਹਿਣਾ ਚਾਹੁੰਦੇ ਹੈਗੇ ਆ ਤੇ ਲਗਾਤਾਰ ਕੰਮ ਕਰ ਰਹੇ ਆ ਤੇ ਕੰਮ ਕਰਦੇ ਰਹਿਣਾ ਚਾਹੁੰਦੇ ਆ ਜਿੰਨੀਆਂ ਵੀ ਕロップ ਪ੍ਰੈਕਟਿਸ ਆ ਤੁਹਾਡੇ ਨਾਲ ਸਾਹਮਣੇ ਰੱਖਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤਜਰਬੇ ਸਾਂਝੇ ਕਰਦੇ ਰਹਾਂਗੇ ਬਣੇ ਰਹੋ ਚੈਨਲ ਦੇ ਨਾਲ ਫੇਸਬੁਕ YouTube Instagram ਤੇ ਨੈਗੇਟਿਵਿਟੀ ਤੋਂ ਪਰਹੇਜ਼ ਕਰਿਆ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ